ਮਝ ਸਕਦਾ ਵੀ ਜਿਹੜੀ ਮਜਬੂਰੀ ਤੁਹਾਡੇ ਨਾਲ ਹੋਈ ਪਰਿਵਾਰ ਕਰਕੇ ਪਰ ਅੱਜ ਦੀ ਕੀ ਹਾਲਾਤ ਨੇ ਅੱਜ ਹਰਗੁਣ ਕਿੰਨਾ ਹਾਲਾਤਾਂ ਚ ਗੁਜ਼ਰ ਰਹੀ ਹੈ ਅੱਜ ਨਾ ਬਸ ਆਤਾ ਬਸ ਮੁਸ਼ਕਲ ਭਰੀ ਜ਼ਿੰਦਗੀ ਬਹੁਤ ਜ਼ਿਆਦਾ ਦੁਖੀ ਆ ਬਹੁਤ ਜ਼ਿਆਦਾ ਦੁਖੀ ਆ ਜਾਂਦਾ ਅੱਜ ਦੀ ਕੜੀ ਤਮ ਹੈ ਜੇ ਕੀ ਹੋ ਗਿਆ ਹਰਗੁਣ ਦੇ ਨਾਲ ਇੰਨੀ ਹੱਸਦੀ ਖੇਡਦੀ ਹਰਗੁਣ ਕਿਉਂ ਅੱਜ ਪਰੇਸ਼ਾਨ ਹੈ ਮੈਂ ਤਾਂ ਸਾਡੇ ਸਮਾਜ ਨੂੰ ਤਾਂ ਇਹ ਕਹਿੰਨੀ ਆ ਵੀ ਕਿਉਂ ਕਿਸੇ ਬੱਚੇ ਦੀ ਜ਼ਿੰਦਗੀ ਖਰਾਬ ਕਰਦੇ ਹੋਗੇ ਕਿਸੇ ਵੀ ਬੱਚੇ ਦੀ ਜ਼ਿੰਦਗੀ ਨਾ ਖਰਾਬ ਕਰੋ ਮੈਂ ਤਾਂ ਇਹ ਕਹਿੰਨੀ ਆ ਸਾਡੇ ਕਿਨਰ ਸਮਾਜ ਨੂੰ ਠੀਕ ਹੈ ਜੋ ਵੀ ਬੱਚਾ ਹੈਗਾ ਉਹਦੇ ਘਰੇ ਰਵੇ ਸਹੀ ਰਵੇ ਰਹੀ ਗੱਲ ਸਮਾਜ ਦੀ ਸਮਾਜ ਨੂੰ ਉਹਨਾਂ ਦੇ ਮੰਮੀ ਡੈਡੀ ਨੂੰ ਕੋਈ ਕਿਸੇ ਦਾ ਬੱਚਾ ਵੀ ਮੇਰੇ ਵਰਗਾ ਹੈ ਤਾਂ ਉਹਦੇ ਮੰਮੀ ਡੈਡੀ ਨੂੰ ਇਹ ਮੈਂ ਤਾਂ ਇਹ ਕਹਾਂਗੀ ਵੀ ਆਪਦੇ ਨੂੰ ਆਪਦੇ ਕੋਲ ਰੱਖੋ ਆਪਦੇ ਨੂੰ ਆਪਦੇ ਨਾਲ ਪਿਆਰ ਕਰੋ ਠੀਕ ਹੈ ਇਹ ਸਮਾਜ ਚ ਨਾ ਜਾਣਦੇ ਐਸੀ ਮਿੱਟੀ ਦਲਦਲ ਹੈ ਜਿਹੜਾ ਕਿ ਰਾਜਾ ਡੀ ਗੇ ਉਮਰ ਕੇ ਵਾਪਸ ਨਹੀਂ ਨਿਕਲ ਸਕਦਾ 12 ਸਾਲ ਦੀ ਉਮਰ ਚ ਐਸੀ ਪ੍ਰੋਗਰਾਮਾਂ ਤੇ ਸ਼ੁਰੂ ਹੋ ਗਏ ਸੀਗੇ ਵਿਆਸਾਦੀਆਂ ਦੇ ਵਿੱਚ ਪ੍ਰੋਗਰਾਮ ਲਗਾਣੇ ਜਾਗੋ ਵਗੈਰਾ ਤੇ ਨਕਲ ਪਾਰਟੀਆਂ ਚ ਰਿਕਵੈਸਟਰ ਵਗੈਰਾ ਪ੍ਰੋਗਰਾਮ ਲਾਣੇ ਦੋਸਤੋ ਬਾਅਦ ਮੈਂ ਕਿੰਨੇ ਸਮਾਜ ਹੌਲੀ ਹੌਲੀ ਕਿੰਨੇ ਸਮਾਜ ਚ ਚਲੇ ਗਏ ਜੀ ਅਸੀਂ ਉਸ ਟਾਈਮ ਮੇਰੇ ਘਰ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਸੀਗੀ ਜਿਆਦਾ ਮੈਨੂੰ ਇਹ ਕਮਾਂ ਦੇ ਵਿੱਚ ਜਾਣਾ ਪਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਿੱਕਤਾਂ ਆਂਦੀ ਸੀ ਕਿਉਂਕਿ ਇੱਕ ਮਰਦ ਹੋ ਕੇ ਕੁੜੀ ਦਾ ਰੂਪ ਧਾਰਨਾ ਬਹੁਤ ਮੁਸ਼ਕਲ ਲੱਗਦਾ ਸੀਗਾ ਤੇ ਮੇਕਅਪ ਕਰਨਾ ਦੋ-ਦੋ ਘੰਟੇ ਮੇਕਅਪ ਤੇ ਲੱਗ ਜਾਂਦੇ ਸੀਗੇ ਪਰ ਜਰੂਰ ਬਿਆਨ ਕਰਿਓ ਸੱਚ ਕੀ ਹੈ ਜਿਹੜਾ ਲੋਕ ਵਿਆਹਾਂ ਤੇ ਸਟੇਜਾਂ ਤੇ ਨੱਚਦੇ ਤਾਂ ਕੁੜੀਆਂ ਨੂੰ ਦੇਖਦੇ ਨੇ ਪਰ ਜਦੋਂ ਨਾਲ ਜਾ ਕੇ ਨੱਚਦੇ ਤਾਂ ਕੀ ਕਹਿੰਦੇ ਨੇ ਕੀ ਕਿਵੇਂ ਉਸ ਚੀਜ਼ ਨੂੰ ਫੀਲ ਕਰਦੇ ਹੋਤਾ ਜੀ ਦੇਖੋ ਹੁਣ ਕਲਾਕਾਰ ਆਰਟਿਸਟ ਉਹ ਤਾਂ ਆਪਣਾ ਕੰਮ ਕਰ ਨਹੀਂ ਜਾਂਦਾ ਕੰਮ ਕਰਦਾ ਹੈ ਤੇ ਉਹ ਤਾਂ ਲੋਕਾਂ ਦੀ ਆਪਣੀ ਦੀ ਸੋਚ ਹੁੰਦੀ ਹੈ ਕੋਈ ਗਲਤ ਨਹੀਂਗਾ ਨਾਲ ਵੀ ਦੇਖਦਾ ਹੈ ਪਰ ਉਹਨਾਂ ਦੀ ਉਹ ਕੋਈ ਵੀ ਕੰਮ ਕਰ ਰਿਹਾ ਕੋਈ ਮਜਬੂਰੀ ਵਾਸ ਕਰ ਰਿਹਾ ਹੈ ਮਜਬੂਰੀ ਦੀ ਬੰਗਾਰ ਅਗਲਾਉ ਕਰਦੇ ਨਹੀਂ ਕੀਤਾ ਜੀ ਕਰਦਾ ਨੱਚਣ ਨੂੰ ਇਹ ਜੀ ਲੋਕ ਵੇਖਦੇ ਕਾਪੀ ਦਾ ਇੱਕ ਵਰਕਾ ਜਿਉਂ ਵਰਕੇ ਨੂੰ ਪਲਟਾ ਕੇ ਦੇਖਿਆ ਜਾ ਉਹ ਹੀ ਜਿਹੜੇ ਦੀ ਜ਼ਿੰਦਗੀ ਹਰ ਇੱਕ ਦੀ ਦੁਖੀ ਮਿਲੂਗੀ ਕੋਈ ਵੀ ਸੁਖੀ ਨਹੀਂ ਆਏਗਾ ਕਿਉਂਕਿ ਜਿਹੜਾ ਸਾਡਾ ਸਮਾਜ ਹੈ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਪਰਿਆ ਹੋਇਆ ਜੀ ਕਿਉਂਕਿ ਨਾ ਤਾਂ ਸਮਾਜ ਦੇ ਵਿੱਚ ਉਹ ਇੱਜ਼ਤ ਮਿਲਦੀ ਹੈ ਰਿਸ਼ਤੇਦਾਰ ਭੈਣ ਭਰਾ ਉਹ ਨਹੀਂ ਲਾਇਕ ਕਰਦੇ ਹੈਗੇ ਸਮਾਜ ਨਹੀਂ ਲਾਇਕ ਕਰਦਾ ਹੁਣ ਆਪਣੇ ਤੋਂ ਲਾਲੋ ਆਪਾਂ ਕਿਤੇ ਵੀ ਕਿੰਨਰ ਖੜੇਗਾ ਆਪਾਂ ਦੇਖ ਕੇ ਕੰਨੀ ਕਤਰਾ ਜਾਣਦੇ ਹੈਗੇ ਤੁਸੀਂ ਕਰੋਗੇ ਗੱਲ ਉਹਦੇ ਨਾਲ ਜੀ ਇਸ ਕਿੰਨਰ ਸਮਾਜ ਦੇ ਜਿਹੜੇ ਕੁਝ ਲੋਕ ਨੇ ਉਹੀ ਬਦਨਾਮ ਕੀ ਜਾਂਦੇ ਇਸ ਲਾਈਨ ਨੂੰ ਹਾਂਜੀ ਹਾਂਜੀ ਬਹੁਤ ਜ਼ਿਆਦਾ ਸਹੀ ਬਹੁਤ ਘੱਟ ਨੇ ਬਦਨਾਮ ਕਰਨ ਵਾਲੇ ਜ਼ਿਆਦਾ ਨੇ ਜਿਵੇਂ ਗੱਡੀਆਂ ਮੰਗਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਫੁੱਲ ਆਫ ਪੋਜ਼ਿਟਿਵਿਟੀ ਦੇਖ ਰਹੇ ਹਾਂ ਤੇ ਮੈਂ ਪਰਮਦੀਪ ਪ੍ਰਾਣਾ ਅਕਸਰ ਸਮਾਜ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਕੁਝ ਛਾਇਆ ਹੁੰਦੀਆਂ ਨੇ ਤੇ ਕੁਝ ਬੁਰਾਈਆਂ ਪਰ ਅਛਾਈਆਂ ਦੇ ਹਿੱਸੇ ਦੇ ਵਿੱਚ ਕੁਝ ਅਜਿਹੇ ਇਨਸਾਨ ਹੁੰਦੇ ਨੇ ਜਿਨ੍ਹਾਂ ਨੂੰ ਅੱਛੇ ਸਮੇਂ ਯਾਦ ਕੀਤਾ ਜਾਂਦਾ ਪਰ ਸਮਝਿਆ ਬੁਰਾ ਜਾਂਦਾ ਗੱਲ ਕਰਦੇ ਆ ਕਿੰਨਰ ਸਮਾਜ ਦੀ ਤੇ ਅੱਜ ਜਿਨ੍ਹਾਂ ਨਾਲ ਮੁਲਾਕਾਤ ਕਰਾਵਾਂਗੇ ਉਹ ਅਸਲ ਸੱਚ ਦੱਸਣਗੇ ਆਪ ਦੀ ਜਵਾਨੀ ਵੀ ਅਸਲ ਸੱਚ ਕੀ ਐ ਇਸ ਜ਼ਿੰਦਗੀ ਦਾ ਇਸ ਜ਼ਿੰਦਗੀ ਨੂੰ ਲੋਕ ਬਾਹਰੋਂ ਤਾਂ ਦੇਖ ਲੈਂਦੇ ਨੇ ਪਰ ਅੰਦਰ ਦੀ ਕੀ ਅਸਲੀਅਤ ਐ ਅਸਲ ਚ ਹੁੰਦਾ ਕੀ ਐ ਇਸ ਜੀਵਨ ਦੇ ਵਿੱਚ ਕਿਉਂਕਿ ਜੀਵਨ ਲੋਕ ਆਪਣਾ ਤਾਂ ਲੈਂਦੇ ਨੇ ਕਿੰਨਰ ਨੂੰ ਲੋਕ ਵਿਆਹ ਸ਼ਾਦੀਆਂ ਜਾਂ ਖੁਸ਼ੀ ਦੇ ਮਾਹੌਲ ਦੇ ਵਿੱਚ ਸੱਤਦਾ ਲੈਂਦੇ ਨੇ ਜਾਂ ਚਲੇ ਵੀ ਜਾਂਦੇ ਨੇ ਇਹ ਪਰ ਬਾਦ ਦੇ ਵਿੱਚ ਜੋ ਗੱਲਾਂ ਹੁੰਦੀਆਂ ਇਸ ਸਮਾਜ ਨੂੰ ਕਿਉਂ ਬੁਰਾ ਸਮਝਿਆ ਜਾਂਦਾ ਕੀ ਕੁਝ ਫੇਸ ਕਰਨਾ ਪੈਂਦਾ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਸਾਰੀ ਜਾਣਕਾਰੀ ਅੱਜ ਲਵਾਂਗੇ ਪਹਿਲਾਂ ਤਾਂ ਇਹੀ ਕਹੂੰਗਾ ਵੀ ਜੋ ਇਨਸਾਨੀਅਤ ਨੂੰ ਸਮਝਦੇ ਨਾ ਉਹ ਵੀਡੀਓ ਨੂੰ ਲਾਸਟ ਤੱਕ ਦੇਖਣ ਤੇ ਸ਼ੇਅਰ ਜ਼ਰੂਰ ਕਰ ਦੇਣ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਹਰਗੁਣ ਨੇ ਤੇ ਹਰਗੁਣ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਸਤਿ ਸ਼੍ਰੀ ਅਕਾਲ ਹਰਗੁਣ ਜੀ ਸ਼ੁਰੂਆਤੀ ਦੌਰ ਦੀ ਗੱਲ ਕਰਾਂਗੇ ਵੀ ਇਸ ਸਮਾਜ ਦੇ ਵਿੱਚ ਆਉਣ ਤੋਂ ਪਹਿਲਾਂ ਦੀ ਕੀ ਜ਼ਿੰਦਗੀ ਸੀਗੀ ਕਿਵੇਂ ਬਦਲਾਵ ਆਉਂਦੇ ਨੇ ਪਹਿਲਾਂ ਜੇ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਸੀਗੇ 12 ਸਾਲ ਦੀ ਉਮਰ 'ਚ ਅਸੀਂ ਪ੍ਰੋਗਰਾਮਾਂ ਤੇ ਸ਼ੁਰੂ ਹੋ ਗਏ ਸੀਗੇ ਵਿਆਸਾਦੀਆਂ ਦੇ ਵਿੱਚ ਪ੍ਰੋਗਰਾਮ ਲਗਾਣੇ ਜਾਗੋ ਵਗੈਰਾ ਇਹ ਨਕਲਾ ਪਾਲਟਿੰਗ ਆ ਚਾ ਰਕੈਸਟਰ ਵਗੈਰਾ ਪ੍ਰੋਗਰਾਮ ਲਾਣੇ ਤੋਸਤੋ ਬਾਅਦ ਮੈਂ ਕਿਨਰ ਸਮਾਜ ਹੌਲੀ ਹੌਲੀ ਕਿਨਰ ਸਮਾਜ ਚ ਚਲੇ ਗਏ ਜੀ ਅਸੀਂ ਉਹ ਪਹਿਲਾ ਦਿਨ ਜਿਹੜਾ ਜਿਸ ਦਿਨ ਮਤਲਬ ਲੱਗਿਆ ਪਤਾ ਯਕ ਕਰਦਿਆਂ ਨੂੰ ਪਤਾ ਲੱਗਿਆ ਵੀ ਸਾਡਾ ਬੱਚਾ ਇਸ ਸਮਾਜ ਨਾਲ ਜੁੜ ਗਿਆ ਜਾਂ ਇਸ ਸਮਾਜ ਦੇ ਵਿੱਚ ਰੁਚੀ ਰੱਖਦਾ ਤਾਂ ਉਸ ਸਮੇਂ ਕੀ ਐਕਸ਼ਨ ਸੀਗਾ ਉਸ ਸਮੇਂ ਕਰਦੇ ਤਾਂ ਬਹੁਤ ਜ਼ਿਆਦਾ ਨਰਾਜ਼ ਸੀਗੇ ਵੀ ਇਸ ਸਮਾਜ ਚ ਕਿਉਂ ਜਾ ਰਹੇ ਹੋ ਪਰ ਨਹੀਂ ਸਾਡੀ ਖੁਸ਼ੀ ਸੀ ਵੀ ਅਸੀਂ ਇਸ ਸਮਾਜ ਦੇ ਵਿੱਚ ਜਾਈਏ ਤੇ ਜਿਵੇਂ ਹੁਣ ਗੱਲ ਕੀਤੀ ਤੁਸੀਂ ਵੀ ਪ੍ਰੋਗਰਾਮ ਵੀ ਵਿਆਹ ਸ਼ਾਦੀਆਂ ਦੇ ਹਨਾ 12 ਸਾਲ 12 ਸਾਲ ਉਮਰ ਬਹੁਤ ਛੋਟੀ ਹੁੰਦੀ ਆ ਉਸ ਉਮਰ ਦੇ ਵਿੱਚ ਕਿਵੇਂ ਕੌਣ ਲੈ ਕੇ ਜਾਂਦਾ ਸੀ ਕਿਵੇਂ ਜਾਣਾ ਹੁੰਦਾ ਸੀਗਾ ਪਤਕਿਆ ਮੇਰੇ ਘਰ ਦੇ ਹਾਲਾਤ ਹੀ ਬਹੁਤ ਜ਼ਿਆਦਾ ਹੋ ਸੀਗੇ ਆ ਤਾਂ ਪਰਮਾਤਮਾ ਦਾ ਸ਼ੁਕਰ ਹੈ ਉਸ ਟਾਈਮ ਮੇਰੇ ਘਰ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਸੀਗੀ ਕਿ ਜਦ ਮੈਨੂੰ ਇਹ ਕਮਾਂ ਦੇ ਵਿੱਚ ਜਾਣਾ ਪਿਆ ਅੱਛਾ 12 ਸਾਲ ਦੀ ਉਮਰ ਦੇ ਵਿੱਚ ਗੱਲ ਕਰਦੇ ਆ ਵੀ ਕੀ ਕੋਈ ਮੁਸ਼ਕਲਾਂ ਜਿਵੇਂ ਹੁਣ ਤੁਸੀਂ ਵਿਆਹ ਸ਼ਾਦੀ ਦੇ ਪ੍ਰੋਗਰਾਮ ਲਾਉਂਦੇ ਕਿਉਂਕਿ ਇੱਕ ਕੁੜੀ ਤਾਂ ਹੈ ਨਹੀਂ ਸੀ ਤੁਸੀਂ ਤਾਂ ਫਿਰ ਕੀ ਕੁਝ ਫੇਸ ਕਰਨਾ ਪਿਆ ਉੱਥੇ ਕੀ ਕੀ ਦਿੱਕਤਾਂ ਆਉਂਦੀਆਂ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਿੱਕਤ ਆਂਦੀ ਸੀ ਕਿਉਂਕਿ ਇੱਕ ਮਰਦ ਹੋ ਕੇ ਕੁੜੀ ਦਾ ਰੂਪ ਧਾਰਨਾ ਬਹੁਤ ਮੁਸ਼ਕਲ ਲੱਗਦਾ ਸੀਗਾ ਤੇ ਮੇਕਅਪ ਕਰਨਾ ਦੋ ਦੋ ਘੰਟੇ ਮੇਕਅਪ ਤੇ ਲੱਗ ਜਾਂਦੇ ਸੀਗੇ ਅੱਛਾ ਹਾਂਜੀ ਅੱਛਾ ਉਹ ਉਦੋਂ ਇਹ ਕਦੇ ਮਹਿਸੂਸ ਹੋਇਆ ਵੀ ਇੱਕ ਮਰਦ ਕੀ ਗੱਲ ਕੀ ਕੰਮ ਕਰ ਰਿਹਾ ਹੈ ਹਨਾ ਨਹੀਂ ਜਿਵੇਂ ਪਤਾ ਗਿਆ ਮਰਦਾਂ ਵਾਲੇ ਲਸਣ ਤਾਂ ਹੈ ਹੀ ਨਹੀਂ ਸੀਗੇ ਸੁਰੂ ਤੋਂ ਕੁੜੀਆਂ ਵਾਲੇ ਲਸਣ ਸੀਗੇ ਬਚਪਨ ਤੋਂ ਹੀ ਕੁੜੀਆਂ ਵਿੱਚ ਰਹਿਣਾ ਕੁੜੀਆਂ ਨਾਲ ਹੱਸਣਾ ਖੇਡਣਾ ਇਹ ਹੀ ਲਸਣ ਸੀਗੇ ਬਚਪਨ ਤੋਂ ਹੀ ਅੱਛਾ ਇੱਕ ਨਾ ਆਰਕੈਸਟਰ ਲਾਈਫ ਨੂੰ ਲੈ ਕੇ ਬੜੇ ਸਵਾਲ ਉੱਠਦੇ ਹਨ ਨਾ ਵੀ ਕਿਸ ਜਿੰ ਤੂੰ ਉਸ ਜ਼ਿੰਦਗੀ ਦੇ ਦੌਰ ਚੋਂ ਲੰਘੇ ਹੋ ਹਨਾ ਜਦੋਂ ਪ੍ਰੋਗਰਾਮ ਲਾਉਂਦੇ ਹੋ ਤਾਂ ਕੀ ਕੁਝ ਹੁੰਦਾ ਉੱਥੇ ਉਹ ਜਰਾ ਇੱਕ ਵਾਰ ਜ਼ਰੂਰ ਬਿਆਨ ਕਰਿਓ ਸੱਚ ਕੀ ਹੈ ਜਿਹੜਾ ਲੋਕ ਵਿਆਹਾਂ ਤੇ ਸਟੇਜਾਂ ਤੇ ਨੱਚਦੇ ਤਾਂ ਕੁੜੀਆਂ ਨੂੰ ਦੇਖਦੇ ਨੇ ਪਰ ਜਦੋਂ ਨਾਲ ਜਾ ਕੇ ਨੱਚਦੇ ਤਾਂ ਕੀ ਕਹਿੰਦੇ ਨੇ ਕੀ ਕਿਵੇਂ ਉਸ ਚੀਜ਼ ਨੂੰ ਫੀਲ ਕਰਦੇ ਉਹਤਾ ਜੀ ਦੇਖੋ ਹੁਣ ਕਲਾਕਾਰ ਆਰਟਿਸਟ ਉਹ ਤਾਂ ਆਪਣਾ ਕੰਮ ਕਰ ਨਹੀਂ ਜਾਂਦਾ ਕੰਮ ਕਰਦਾ ਤੇ ਉਹ ਤਾਂ ਲੋਕਾਂ ਦੀ ਆਪਣੀ ਦੀ ਸੋਚ ਹੁੰਦੀ ਹੈ ਕੋਈ ਗਲਤ ਨਹੀਂਗਾ ਨਾਲ ਵੀ ਦੇਖਦਾ ਹੈ ਪਰ ਉਹਨਾਂ ਦੀ ਉਹ ਕੋਈ ਵੀ ਕੰਮ ਕਰ ਰਿਹਾ ਕੋਈ ਮਜਬੂਰੀ ਵਾਸ ਕਰ ਰਿਹਾ ਮਜਬੂਰੀ ਦੀ ਬੰਗਾਰ ਅਗਲਾ ਉਹ ਕਰਦਾ ਨਹੀਂ ਕਿਦਾ ਜੀ ਕਰਦਾ ਨੱਚਣ ਨੂੰ ਅੱਛਾ ਕਿ ਉਸ ਸਮੇਂ ਜਿਹੜੀ ਆਰਕੈਸਟਰਾ ਲਾਈਫ ਹੈ ਉਹਦੇ ਵਿੱਚ ਕੀ ਦਿੱਕਤਾਂ ਆਉਂਦੀਆਂ ਨੇ ਵੀ ਜੇ ਆਪਾਂ ਉਸ ਸਮੇਂ ਦੀ ਗੱਲ ਕਰੀਏ ਤੁਸੀਂ ਪ੍ਰੋਗਰਾਮ ਤੇ ਜਾਂਦੇ ਸੀ ਤਾਂ ਕੀ ਫੇਸ ਕਰਨਾ ਪੈਂਦਾ ਸੀ ਕੀ ਕੁਝ ਸੁਣਨਾ ਪੈਂਦਾ ਸੀ ਉੱਥੇ ਬਹੁਤ ਕੁਝ ਸੁਣਨਾ ਪੈਂਦਾ ਸੀ ਜੀ ਲੋਕਾਂ ਦਾ ਸਰਾਬੀਆਂ ਨਾਲ ਪੂਰਾ ਉਹ ਕਰਕੇ ਲੋਕਾਂ ਚ ਤੈਨੂੰ ਪਤਾ ਹੀ ਆ ਸਰਾਬੀ ਨਾਲ ਤਾਂ ਆਪਦੇ ਉਸ ਟਾਈਮ ਖੁਦ ਪ੍ਰਮਾਤਮਾ ਦੀ ਨਹੀਂ ਸੁਣਦੇ ਹੈਗੇ ਬਹੁਤ ਮੁਸ਼ਕਲਾਂ ਆਂਦੀ ਸੀ ਪ੍ਰੋਗਰਾਮ ਤੇ ਬਹੁਤ ਜ਼ਿਆਦਾ ਲੜਾਈ ਵੀ ਹੋ ਜਾਂਦੀ ਸੀ ਕਈ ਵਾਰੀ ਅੱਛਾ ਥੋੜਾ ਗੱਲ ਆਪਾਂ ਬੀ ਫ੍ਰੈਂਕੀ ਕਰਾਂਗੇ ਵੀ ਕੀ ਕਹਿੰਦੇ ਕੀ ਨੇ ਉਸ ਸਮੇ ਉਹ ਜਿਹੜਾ ਸਟੇਜਾਂ ਤੇ ਲੋਕ ਨੱਚਦੇ ਨੇ ਤਾਂ ਕੀ ਕਹਿੰਦੇ ਕੀ ਨੇ ਤੁਹਾਨੂੰ ਕੀ ਕੁਝ ਕਹਿ ਕੇ ਜਾਂਦੇ ਉੱਥੇ ਬਹੁਤ ਕੁਝ ਕਹਿੰਦੇ ਸੀਗੇ ਬਹੁਤ ਬਹੁਤ ਗਲਤ ਗਲਤ ਕਮੈਂਟ ਕੀਤੇ ਜਾਂਦੇ ਸੀਗੇ ਬਹੁਤ ਕੁਝ ਕਿਹਾ ਜਾਂਦਾ ਸੀਗਾ ਕਿਉਂ ਨਹੀਂ ਲੋਕ ਸਮਝਦੇ ਉਹਨਾਂ ਚੀਜ਼ਾਂ ਨੂੰ ਜਿਵੇਂ ਹੁਣ ਤੁਸੀਂ ਦੱਸਿਆ ਵੀ ਮਜਬੂਰੀ ਹੁੰਦੀ ਆ ਨਾ ਕਿਸੇ ਬੰਦੇ ਦੀ ਤਾਂ ਉਹ ਮਜਬੂਰੀ ਨੂੰ ਕਿਉਂ ਨਹੀਂ ਸਮਝਦੇ ਲੋਕ ਤੁਸੀਂ ਉਹਨੂੰ ਕਾਰਨ ਕੀ ਸਮਝਦੇ ਹੋ ਉਹਨਾਂ ਚੀਜ਼ਾਂ ਦੇ ਪਿੱਛੇ ਦੇਖੋ ਜੀ ਇਹਦੇ ਵਿੱਚ ਉਹ ਤਾਂ ਆਪ ਦਾ ਆਪ ਦਾ ਮਾਈਂਡ ਹੁੰਦਾ ਜੀ ਠੀਕ ਹੈ ਕਿਸੇ ਦੀ ਸੋਚ ਕੇ ਸੀ ਕਿਸੇ ਦੀ ਕੈਸੀ ਹੈ ਪਰ ਅਪਦਾ ਇਹ ਕਹਿ ਸਕਦੇ ਆ ਵੀ ਉਹ ਤਾਂ ਮਜਬੂਰੀ ਚ ਅਗਲਾ ਕੋਈ ਵੀ ਕੰਮ ਕਰ ਰਿਹਾ ਮਜਬੂਰੀ ਤੌਰ ਕਰ ਰਿਹਾ ਸੋਚ ਬਾਕੀ ਲੋਕਾਂ ਦੀ ਅੱਛਾ ਤੁਹਾਡੀ ਮਜਬੂਰੀ ਸੀ ਉਹ ਕੰਮ ਕਰਨਾ ਫਿਰ ਉਸ ਤੋਂ ਬਾਅਦ ਸਮਾਜ ਦੇ ਵਿੱਚ ਜਾਣ ਲਈ ਕੀ ਮਤਲਬ ਹੈ ਇਹ ਜਾ ਕੇ ਇਹ ਪਲ ਆਇਆ ਵੀ ਜਿਹੜਾ ਤੁਸੀਂ ਸਮਾਜ ਨਾਲ ਜੁੜ ਗਏ ਬਸ ਇੱਕ ਸਾਡੇ ਪਿੰਡ ਇੱਥੇ ਹੋਰ ਕਿੰਨਰ ਸੀ ਹੂੰ ਉਹ ਕਿਨਰਾਂ ਚ ਜਾਂਦੇ ਆਂਦੇ ਸੀਗੇ ਉਹਨਾਂ ਨੇ ਵੈਸੇ ਮੈਨੂੰ ਉਹ ਕਰਿਆ ਕਹਿੰਦੇ ਤੁਸੀਂ ਪ੍ਰੋਗਰਾਮ ਛੱਡ ਦੋ ਇੱਧਰ ਆ ਜਾਓ ਤੁਸੀਂ ਇੱਧਰ ਆਓ ਕਰਿਆ ਕਰੋਗੇ ਉਹਨਾਂ ਦੇ ਪਿੱਛੇ ਲੱਗ ਕੇ ਮੈਂ ਇਸ ਬਾਤ ਚ ਚਲੀ ਗਈ ਅੱਛਾ ਹੁਣ ਚਲੇ ਤਾਂ ਗਈ ਹੁਣ ਗੱਲ ਉੱਥੇ ਵੀ ਆ ਜਾਂਦੀ ਆ ਵੀ ਜਾਣ ਤੋਂ ਬਾਅਦ ਦੇਖਿਆ ਕੁਝ ਹੋਰ ਵੀ ਜਿਹੜਾ ਕੁਝ ਸੁਣਦੇ ਸੀ ਵੀ ਕਿਨਰ ਸਮਾਜ ਇਸ ਤਰੀਕੇ ਦਾ ਹੁੰਦਾ ਉਹਦੀ ਅਸਲ ਸੱਚਾਈ ਕੀ ਹੈ ਦੇਖਣ ਨੂੰ ਤਾਂ ਜਿਹੜੇ ਕਹਿੰਦੇ ਨੇ ਹਰ ਇੱਕ ਕੋਈ ਕਹਿੰਦਾ ਵੀ ਹੀ ਜਿਹੜੇ ਆ ਬਹੁਤ ਜ਼ਿਆਦਾ ਖੁਸ਼ ਨੇ ਬਹੁਤ ਜ਼ਿਆਦਾ ਇਹਨਾਂ ਕੋਲੇ ਪੈਸਾ ਹੈ ਇਹਨਾਂ ਨੇ ਦੇਣਾ ਨਹੀਂ ਲੈਣਾ ਨਹੀਂ ਨੀਂ ਤੀ ਨਹੀਂ ਪਿਆਣੀ ਪੁੱਤ ਨਹੀਂ ਲੈਣਾ ਪਰ ਜਿੰਨਾ ਇਸ ਸਮਾਜ ਦੇ ਵਿੱਚ ਹੀ ਜਿਹੜਾ ਦੁਖੀ ਕੋਈ ਨਹੀਂ ਦੁਖੀ ਕਿਉਂਕਿ ਬਚਪਨ ਤੋਂ ਹੀ ਦੁਖੀ ਹੁੰਦੇ ਆ ਉਹਨਾਂ ਨੇ ਬਚਪਨ ਤੋਂ ਦੁੱਖ ਦੇਖੇ ਹੁੰਦੇ ਆ ਇਸ ਕਰਕੇ ਵੀ ਜਿਹੜਾ ਸਾਡਾ ਸਮਾਜ ਬਹੁਤ ਜ਼ਿਆਦਾ ਦੁਖੀ ਹੈ ਕਿਉਂ ਦੁਖੀ ਕਿਉਂ ਹੈ ਜਿਹੜਾ ਲੋਕਾਂ ਨੂੰ ਨਹੀਂ ਸਮਝ ਆਉਂਦਾ ਲੋਕ ਤਾਂ ਵਿਆਹ ਸ਼ਾਦੀਆਂ ਦੇ ਦੇਖਦੇ ਆ ਹੱਸਦੇ ਆ ਨੱਚਦੇ ਆ ਗੀਤ ਗਾਉਂਦੇ ਆ ਫਿਰ ਦੁਖੀ ਕਿੱਥੇ ਹੁੰਦੇ ਆ ਕਿਉਂ ਹੁੰਦੇ ਆ ਦੁਖੀ ਪਤਾ ਕੀ ਹੈ ਜੀ ਲੋਕ ਵੇਖਦੇ ਆ ਕਾਪੀ ਦਾ ਇੱਕ ਵਰਕਾ ਜੇ ਆਪਾਂ ਵਰਕੇ ਨੂੰ ਪਲਟਾ ਕੇ ਦੇਖਿਆ ਜਾ ਉਹ ਹੀ ਜਿਹੜੇ ਦੀ ਜ਼ਿੰਦਗੀ ਹਰ ਇੱਕ ਦੀ ਦੁਖੀ ਮਿਲੂਗੀ ਕੋਈ ਵੀ ਸੁਖੀ ਨਹੀਂ ਆ ਗਿਆ ਫਿਰ ਉਹ ਦੂਸਰਾ ਪੰਨਾ ਕੀ ਹੈ ਜ਼ਿੰਦਗੀ ਦਾ ਜੋ ਜ਼ਰੂਰ ਬਿਆਨ ਕਰ ਦੋ ਕਿਉਂਕਿ ਜਿਹੜਾ ਸਾਡਾ ਸਮਾਜ ਹੈ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਪਰਿਆ ਹੋਇਆ ਜੀ ਕਿਉਂਕਿ ਨਾ ਤਾਂ ਸਮਾਜ ਦੇ ਵਿੱਚ ਉਹ ਇੱਜ਼ਤ ਮਿਲਦੀ ਆ ਰਿਸ਼ਤੇਦਾਰ ਭੈਣ ਭਰਾ ਉਹ ਨਹੀਂ ਲੈ ਕੇ ਕਰਦੇ ਹੈਗੇ ਸਮਾਜ ਨਹੀਂ ਲੈ ਕੇ ਕਰਦਾ ਹੁਣ ਆਪਣੇ ਤੋਂ ਲਾ ਲੋ ਆਪਾਂ ਕਿਤੇ ਵੀ ਕਿੰਨੇ ਖੜੇਗਾ ਆਪਾਂ ਦੇਖ ਕੇ ਕੰਨੀ ਕਤਰਾ ਜਾਂਦੇ ਆਂਗੇ ਤਸੀਂ ਕਰੋਗੇ ਕੱਲ ਉਹਦੇ ਨਾਲ ਜੀ ਨਹੀਂ ਕਰ ਸਕਦੇ ਆਪਾਂ ਹਰ ਇੱਕ ਕੋਈ ਚਾਜਕ ਤੇ ਵੀ ਹੀ ਜਿਹੜੇ ਨਾਲ ਗੱਲ ਕਰ ਰਹੇ ਵੈ ਇਸ ਕਰਕੇ ਵੀ ਸਮਾਜ ਚ ਰਹਿਣਾ ਬਹੁਤ ਮੁਸ਼ਕਿਲ ਹੈ ਸਰਕਾਰ ਜਦੋਂ ਮਾਨਤਾ ਦਿੰਦੀ ਹੈ ਫਿਰ ਕਿਉਂ ਨਹੀਂ ਲੋਕ ਇਹ ਅਪਣਾਉਂਦੇ ਹੁਣ ਤਾਂ ਲੋਕਾਂ ਦੀ ਸੋਚ ਹੈ ਜੀ ਆਪਾਂ ਕੁਝ ਕਹਿ ਨਹੀਂ ਸਕਦੇ ਸਰਕਾਰ ਵੱਲੋਂ ਤਾਂ ਹੈ ਪਹਿਲਾਂ ਨੀ ਸੀਗਾ ਹੁਣ ਤਾਂ ਮੰਨਤਾ ਹੈ ਡਾਕਟਰ ਵੀ ਲੱਗਦਾ ਨਹੀਂ ਵੀ ਕੁਝ ਜਿਹੜਾ ਕੁਝ ਸਮਾਜ ਦੇ ਜਿਹੜੇ ਇਸ ਕਿਨਰ ਸਮਾਜ ਦੇ ਜਿਹੜੇ ਕੁਝ ਲੋਕ ਨੇ ਉਹੀ ਬਦਨਾਮ ਕੀ ਜਾਂਦੇ ਇਸ ਲਾਈਨ ਨੂੰ ਹਾਂਜੀ ਹਾਂਜੀ ਬਹੁਤ ਜ਼ਿਆਦਾ ਸਹੀ ਬਹੁਤ ਘੱਟ ਨੇ ਬਦਨਾਮ ਕਰਨ ਵਾਲੇ ਜ਼ਿਆਦਾ ਨੇ ਜਿਵੇਂ ਗੱਡੀਆਂ ਮੰਗਦੇ ਆ ਉਹ ਦਰਸਲ ਉਹ ਹੈਗਾ ਰੂਲ ਦੇ ਵਿੱਚ ਵੀ ਗੱਡੀਆਂ ਚ ਮੰਗਣਾ ਨਹੀਂ ਜੀ ਉਹ ਸਾਡੇ ਸਮਾਜ ਦੇ ਵਿੱਚ ਕੋਈ ਵੀ ਨਹੀਂ ਹੀ ਜਿਹੜੇ ਦਾ ਕੰਮ ਹੁੰਦਾ ਡੇਰੇ ਚ ਰਹਿਣਾ ਡੇਰੇ ਦੇ ਵਿੱਚ ਹੀ ਉਹ ਕਰਨਾ ਗੱਡੀਆਂ ਮੰਗਣਾ ਲੈਟਾ ਮੰਗਣਾ ਕਿਤੇ ਵੀ ਟ੍ਰੈਫਿਕ ਦੇ ਵਿੱਚ ਉਹ ਕਰਨਾ ਇਹ ਦਰਸਲ ਗਲਤ ਹੈ ਫਿਰ ਸਰਕਾਰ ਕਿਉਂ ਨਹੀਂ ਮੰਗ ਰੱਖੀ ਜਾਂਦੀ ਉਹ ਲੋਕਾਂ ਨੂੰ ਬੜਾ ਡਿਸਟਰਬ ਹੁੰਦਾ ਹੈ ਉੱਥੇ ਮਤਲਬ ਜੀ ਜਿਹੜੇ ਵੱਡੇ ਦੇਖੋ ਜਿਵੇਂ ਮੈਂ ਚੇ ਲਾਂਗੀ ਕਿਸੇ ਦੀ ਮੇਰਾ ਮੇਰਾ ਮਾਲ ਕਰ ਰਸਾ ਪਾ ਸਕਦੇ ਆ ਹੋਰ ਤੁਹਾਡੀ ਨੌਕਰ ਸਕਦਾ ਉਹਨਾਂ ਦੇ ਮਾਲ ਨੂੰ ਉਹਨਾਂ ਨੂੰ ਰੋਕ ਸਕਦੀ ਹੈ ਪਰ ਇਹ ਨਹੀਂ ਹੈਗਾ ਵੀ ਲੈਟਾ ਮੰਗੋ ਚੌਂਕ ਮੰਗੋ ਟ੍ਰੇਨਾ ਮੰਗੋ ਇਹ ਗਲਤ ਹੈ ਦਰਸਲ ਬڑے ਵਿਵਾਦ ਦੇਖਦੇ ਆਂ ਬڑے ਰੋਲੇ ਸੁਣਦੇ ਆਂ ਪਟਿਆਲੇ ਦੇ ਵਿੱਚ ਕਦੇ ਕਿਤੇ ਮਤਲਬ ਵੱਡੇ ਵੱਡੇ ਰੋਲੇ ਹੁੰਦੇ ਗੱਡੀ ਨੂੰ ਲੈ ਕੇ ਅਸਲ ਕੀ ਹੈ ਉਹ ਗੱਡੀ ਕਿਉਂ ਉਹਦੇ ਪਿੱਛੇ ਲੜਾਈਆਂ ਹੁੰਦੀਆਂ ਦੇਖੋ ਜੀ ਪਟਿਆਲੇ ਬਾਰੇ ਆਪਾਂ ਕੋਈ ਵੀ ਗੱਲ ਨਹੀਂ ਕਰ ਸਕਦੇ ਜੀ ਨੀ ਵੈਸੇ ਹੀ ਨਾਰਮਲ ਗੱਲ ਕਰੀਏ ਤਾਂ ਲੜਾਈਆਂ ਕਿਉਂ ਹੁੰਦੀਆਂ ਗੱਦੀ ਦੇ ਪਿੱਛੇ ਉਹ ਕੀ ਚੀਜ਼ ਹੁੰਦੀ ਹੈ ਇਹ ਜੀ ਗੱਦੀ ਦੇ ਪਿੱਛੇ ਤਾਂ ਜੀ ਇਹਦੇ ਮਤਲਬ ਇਹ ਹੀ ਹੈਗਾ ਜੀ ਦੇਖੋ ਜੇ ਆਪਾਂ ਜ਼ਮੀਨ ਕਿਸੇ ਤੋਂ ਮੁੱਲ ਲੈਣੇ ਆ ਤਾਂ ਮਾਲਕਾ ਉਹ ਹੀ ਹੋਗਾ ਜਿਹਨੇ ਮੁੱਲ ਲੈਤੀ ਆ ਅਗਲਾ ਪੈਸੇ ਦੇ ਚੁਗਾ ਫੁਕ ਤਮਾਸ਼ਾ ਵੇਖਦਾ ਤੇ ਬਾਅਦ ਚ ਤਾਂ ਜਿਹੜਾ ਵੀ ਕੋਈ ਰੌਲਾ ਉਹ ਗਲਤ ਹੈ ਦਰਅਸਲ ਕਿਉਂਕਿ ਮਾਲਕਾ ਅਗਲਾ ਉਹ ਜਿਹੜਾ ਪੈਸੇ ਦੇਊਗਾ ਅੱਛਾ ਹਾਂਜੀ ਅੱਛਾ ਜਦੋਂ ਸਮਾਜ ਦੇ ਵਿੱਚ ਐਂਟਰੀ ਕੀਤੀ ਤਾਂ ਉੱਥੇ ਜਾ ਕੇ ਉਹਨਾਂ ਨੇ ਨਹੀਂ ਕਿਹਾ ਵੀ ਇੱਕ ਇਹ ਤਾਂ ਇੱਕ ਮਰਦ ਹੈ ਇਹਨੂੰ ਹਜੇ ਸਮਾਜ ਦੇ ਵਿੱਚ ਸ਼ਾਮਲ ਕਰਨਾ ਪਊਗਾ ਕੁਝ ਨਹੀਂ ਕਿਹਾ ਇਸ ਤਰੀਕੇ ਦਾ ਪਤਾ ਕੀ ਹੈ ਜੀ ਮਰਦ ਤਾਂ ਤਾਂ ਹੋਵੇ ਜੇ ਮਰਦਾਂ ਨਾਲ ਲੱਸਣ ਹੋਣ ਲੱਸਣ ਤਾਂ ਸਾਰੇ ਜਨਾਨੀਆਂ ਵਾਲੇ ਆ ਹੂੰ ਜਨਾਨੀਆਂ ਵਾਂਗੂ ਰਹਿਣਾ ਜਨਾਨੀ ਵਾਲੇ ਕੰਮ ਕਰਨਾ ਬਸ ਨਹੀਂ ਸਮਾਜ ਵਿੱਚ ਜੁੜਨ ਲਈ ਮਤਲਬ ਇਹ ਨਹੀਂ ਵੀ ਜ਼ਰੂਰੀ ਉਹ ਬੰਦਾ ਮਤਲਬ ਟਰਾਂਸ ਜੈਂਡਰ ਹੋਣਾ ਚਾਹੀਦਾ ਤੇ ਐਸੀ ਉਹੀ ਸੀਗੇ ਫਿਰ ਮੈਨੇ ਅਬਦਾ ਸੈਕਸ ਚੇਂਜ ਕਰਵਾਇਆ ਅੱਜ ਐਸੀ ਅਬ ਇਸ ਸਮਾਜ ਦੇ ਵਿੱਚ ਆ अच्छा सेक्स चेंज करवाया ਤੁਸੀਂ ਆਪਰੇਸ਼ਨ ਕਰਵਾਇਆ ਹੈਨਾ ਤੇ ਉਸ ਤੋਂ ਬਾਅਦ ਦੀ ਕੀ ਜ਼ਿੰਦਗੀ ਹੈ ਮਤਲਬ ਕਿਵੇਂ ਲੱਗਦਾ ਉਹਦਾ ਸ਼ੌਕ ਛੜਿਆ ਸੀ ਹੁਣ ਮਜਬੂਰੀ ਹੈ ਤੇ ਪਛਤਾਵਾ ਹੀ ਰਹੀਆਂ ਪਛਤਾਵਾ ਕਿਉਂ ਹੈ ਪਛਤਾਵਾ ਬਸ ਆਪਦੀ ਲਾਈਫ ਬਰਬਾਦ ਕੀਤੀ ਹੈ ਇਹ じゃ ਕੀ ਹੋ ਗਿਆ ਜ਼ਿੰਦਗੀ ਦੇ ਵਿੱਚ ਵੀ ਹਰ ਗੱਲ ਨੂੰ ਮਤਲਬ ਇਹ ਅੱਜ ਭੋਗਣਾ ਪੈ ਰਿਹਾ ਅੱਜ ਆਪਣੇ ਇੱਕ ਕੀਤੇ ਹੋਏ ਫੈਸਲੇ ਤੇ ਆਪਣੇ ਲਏ ਹੋਏ ਫੈਸਲੇ ਤੇ ਪਛਤਾਵਾ ਹੋ ਰਿਹਾ ਬਸ ਕਿਉਂਕਿ ਜਿਹੜਾ ਸਾਡਾ ਸਮਾਜ ਹੈ ਜੇ ਤਾਂ ਉਹ ਉਹ ਕਰ ਲਵੇ ਵੀ ਦੋ ਪਿੰਡ ਮਿਲ ਗਿਆ ਅਗਲਾ ਆਪਦਾ ਟਾਈਮ ਪਾਸ ਕਰ ਲੈਂਦਾ ਮੇਰੇ ਲਵੇ ਉਹ ਵੀ ਨਹੀਂ ਹੈਗੇ ਕਿਉਂਕਿ ਗੁਰੂ ਨੇ ਵੀ ਮੈਨੂੰ ਕੱਢਤਾ ਹੁਣ ਫਿਲਹਾਲ ਮੈਂ ਆਪਦੇ ਘਰ ਹੀ ਆ ਅੱਜ ਲੱਗਦਾ ਆਪਦਾ ਫੈਸਲਾ ਜਿਹੜਾ ਕੀਤਾ ਸੀ ਅੱਜ ਉਸ ਤੇ ਥੋੜਾ ਜਿਹਾ ਪਛਤਾਵਾ ਕਦੇ ਦਰ ਦੇ ਦਿਲ ਦੇ ਵਿੱਚ ਕੋਈ ਦਰਦ ਆਉਂਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੂੰ ਬਹੁਤ ਜ਼ਿਆਦਾ ਯਾਦ ਆਉਂਦਾ ਉਹ ਸਮਾਂ ਜਿਸ ਦਿਨੇ ਫੈਸਲਾ ਲਿਆ ਸੀ ਹੋਰ ਹੂੰ ਸਮਸਿਆ ਕਿਦਾ ਵੀ ਜਿਹੜੀ ਮਜਬੂਰੀ ਤੁਹਾਡੇ ਨਾਲ ਹੋਈ ਪਰਿਵਾਰ ਕਰਕੇ ਪਰ ਅੱਜ ਦੀ ਕੀ ਹਾਲਾਤ ਨੇ ਅੱਜ ਹਰਗੁਣ ਕਿੰਨਾ ਹਾਲਾਤਾਂ ਚ ਗੁਜ਼ਰ ਰਹੀ ਹੈ ਅੱਜ ਨਾ ਬਸ ਆਤਬਾਸ ਮੁਸ਼ਕਲ ਭਰੀ ਜ਼ਿੰਦਗੀ ਬਹੁਤ ਜ਼ਿਆਦਾ ਦੁਖੀਆਂ ਹੂੰ ਬਹੁਤ ਜ਼ਿਆਦਾ ਦੁਖੀਆਂ ਆਜਾ ਅੱਜ ਢਿਖੜੀ ਤੁਮ ਹੈ ਜੇ ਕੀ ਹੋ ਗਿਆ ਹਰਗੁਣ ਦੇ ਨਾਲ ਇੰਨੀ ਹਸਦੀ ਖੇਡਦੀ ਹਰਗੁਣ ਕਿਉਂ ਅੱਜ ਪਰੇਸ਼ਾਨ ਹੈ ਤੁਸੀਂ ਵੀ ਸੁਣੋ ਦੋਸਤੋ ਇਹ ਇਹ ਸਮਾਜ ਦੀਆਂ ਬੁਰਾਈਆਂ ਨੇ ਸਮਾਜ ਦੇ ਲੋਕ ਇਹਨਾਂ ਲੋਕਾਂ ਨੂੰ ਕਿਉਂ ਨਹੀਂ ਅਪਣਾਉਂਦੇ ਇਹ ਅਸਲ ਸਚਾਈ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਣਾ ਕਿਉਂ ਲੈ ਕੇ ਆਉਂਦੇ ਆ ਯਾਰ ਸਮਾਜ ਨੂੰ ਸਮਝੋ ਜਿਹੜੀਆਂ ਚੀਜ਼ਾਂ ਨੇਚਰਲ ਨੇ ਜਿਹੜੀਆਂ ਚੀਜ਼ਾਂ ਕੁਦਰਤੀ ਨੇ ਯਾਰ ਉਹਨਾਂ ਨੂੰ ਕਿਉਂ ਬਦਲ ਸਕਦੇ ਆ ਕਿਵੇਂ ਬਦਲ ਸਕਦੇ ਆ ਉਹ ਸਮਾਜ ਦਾ ਹਿੱਸਾ ਨੇ ਉਹਨਾਂ ਨੂੰ ਅਪਣਾਉਣਾ ਪੈਣਾ ਉਹ ਸੋਚ ਨੂੰ ਬਦਲਣਾ ਪੈਣਾ ਉਸੇ ਸੋਚ ਨੂੰ ਬਦਲਣ ਵਾਸਤੇ ਅਜਿਹੇ ਹੀ ਵੀਡੀਓ ਬਣਾਉਂਦੇ ਆ ਸੀ ਕਿ ਯਾਰ ਸਮਾਜ ਦਾ ਹਿੱਸਾ ਨੇ ਲੋਕ ਜਿਵੇਂ ਹੁਣੇ ਹਰ ਗੁਣ ਨੇ ਹਨਾ ਇਹਨਾਂ ਨੇ ਫੈਸਲਾ ਲਿਆ ਅੱਜ ਪਛਤਾਵਾ ਕਿਉਂ ਹੋ ਰਿਹਾ ਕਿਉਂਕਿ ਇਹਨਾਂ ਨੇ ਸਮਾਜ ਦੇ ਵਿੱਚ ਆ ਕੇ ਉਹ ਕੁਰੀਤੀਆਂ ਇਹ ਇੱਥੇ ਵੀ ਉਹ ਚੀਜ਼ਾਂ ਨੇ ਵੀ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਦਾ ਹੁੰਦਾ ਹੈ ਕੁਝ ਹਾਂਜੀ ਹਾਂਜੀ ਬਹੁਤ ਜ਼ਿਆਦਾ ਤੇ ਤੁਹਾਨੂੰ ਮਤਲਬ ਕਿੰਨਾ ਕੁ ਫੇਸ ਕਰਨਾ ਪਿਆ ਜਿਹੜੀਆਂ ਮੁਸ਼ਕਲਾਂ ਆ ਲਾਈਨ ਦੇ ਵਿੱਚ ਅਜੇ ਤੱਕ ਮੁਸ਼ਕਲਾਂ ਹੀ ਨੇ ਭਰਾਵਾ ਹਾ ਤਾਂ ਹੋਰ ਕੁਝ ਨਹੀਂ ਕਹਿ ਸਕਦਾ ਸਾਰੀ ਮੁਸ਼ਕਲਾਂ ਹੀ ਨੇ ਹੈ ਮੁਸ਼ਕਲਾਂ ਹੀ ਨੇ ਹਜੇ ਤੱਕ ਕਿਉਂਕਿ ਜਾ ਗੁਰੂ ਸਾਈਂ ਲਵੇ ਨੀ ਲਾਂਦੇ ਦੁਖੀ ਕਰਦੇ ਨਾਲ ਕੰਮ ਵੀ ਕਰਦੇ ਆ ਨਾਲ ਜੁੱਤੀਆਂ ਵੀ ਖਾਂਦੇ ਆ ਗਾਲਾਂ ਵੀ ਖਾਂਦੇ ਆ ਕਿਉਂ ਕੀਤਾ ਦੁਖੀ ਨਾਲ ਕੰਮ ਵੀ ਕੀਤਾ ਫਿਰ ਦੁਖੀ ਕਿਉਂ ਹੋਣਾ ਪੈ ਗਿਆ ਕਿਉਂਕਿ ਮੈਂ ਤੁਹਾਨੂੰ ਕੀ ਦੱਸਾਂ ਮੈਂ ਕੁਝ ਕਹਿ ਨਹੀਂ ਸਕਦੀ ਅਚਾ ਲੋਕ ਲੋਕ ਕੀ ਸਮਝਦੇ ਨੇ ਜਿਵੇਂ ਹੁਣ ਤੁਸੀਂ ਘਰੇ ਜਾਂਦੇ ਹੋ ਕਿਸੇ ਦੇ ਹਨਾ ਤੁਸੀਂ ਖੁਸ਼ੀ ਮਨਾਉਂਦੇ ਹੋ ਲੋਕ ਕਿਸ ਨਜ਼ਰੀਏ ਨਾਲ ਦੇਖਦੇ ਨੇ ਕੀ ਕੁਝ ਸੁਣਨ ਨੂੰ ਮਿਲਦਾ ਕੀ ਦੇਖਣ ਨੂੰ ਮਿਲਦਾ ਬਹੁਤ ਕੁਝ ਕਈ ਪਰਿਵਾਰ ਮਿਲਦੇ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਤੇ ਕੋਈ ਐਸਾ ਮਿਲ ਜਾਂਦਾ ਕਿ ਸਾਨੂੰ ਆਪਣੀ ਔਕਾਤ ਯਾਦ ਕਰਵਾ ਦਿੰਦਾ ਫਿਰ ਕਹਿੰਦੇ ਨੇ ਵੀ ਰੱਬ ਇਹ ਜਿਹੜਾ ਜਰਮ ਕਿਉਂ ਦਿੱਤਾ ਸਾਨੂੰ ਹਾਲਾਂਕਿ ਸਰਕਾਰਾਂ ਨੇ ਹਨਾ ਸਭ ਜਿਹੜਾ ਮਤਲਬ ਬਰਾਬਰੀ ਦਾ ਅਧਿਕਾਰ ਦਿੱਤਾ ਹਨਾ 트랜ਸ ਜੈਂਡਰ ਨੂੰ ਪਰ ਲੋਕ ਕਿਉਂ ਨਹੀਂ ਸਮਝਦੇ ਲੋਕਾਂ ਨੂੰ ਕੀ ਅਪੀਲ ਕਰੋਗੇ ਜਾਂ ਸਮਾਜ ਦੇ ਤੁਹਾਡੇ ਸਮਾਜ ਦੇ ਜਿਹੜੇ ਲੋਕ ਨੇ ਜਿਹੜੇ ਇਹ ਸਮਾਜ ਦੇ ਮੈਂਬਰਾਂ ਨੂੰ ਨਹੀਂ ਸਮਝਦੇ ਮੈਂ ਤਾਂ ਸਾਡੇ ਸਮਾਜ ਨੂੰ ਤਾਂ ਇਹ ਕਹਿੰਨੀ ਆ ਕੋਈ ਕਿਸੇ ਵੀ ਬੱਚੇ ਦੀ ਜ਼ਿੰਦਗੀ ਖਰਾਬ ਕਰਦੇ ਹੋ ਅਗੇ ਕਿਸੇ ਵੀ ਬੱਚੇ ਦੀ ਜ਼ਿੰਦਗੀ ਨਾ ਖਰਾਬ ਕਰੋ ਮੈਂ ਤਾਂ ਇਹ ਕਹਿੰਨੀ ਆ ਸਾਡੇ ਕਿਨਰ ਸਮਾਜ ਨੂੰ ਠੀਕ ਹੈ ਜੋ ਵੀ ਬੱਚਾ ਹੈਗਾ ਆਪਣੇ ਘਰੇ ਰਵੇ ਸਹੀ ਰਵੇ ਰਹੀ ਗੱਲ ਸਮਾਜ ਦੀ ਸਮਾਜ ਨੂੰ ਉਹਨਾਂ ਦੇ ਮੰਮੀ ਡੈਡੀ ਨੂੰ ਕੋਈ ਕਿਸੇ ਦਾ ਬੱਚਾ ਵੀ ਮੇਰੇ ਵਰਗਾ ਹੈ ਤਾਂ ਉਹਦੇ ਮੰਮੀ ਡੈਡੀ ਨੂੰ ਇਹ ਮੈਂ ਤਾਂ ਇਹ ਕਹਾਂਗੀ ਵੀ ਆਪਦੇ ਨੂੰ ਆਪਦੇ ਕੋਲ ਰੱਖੋ ਆਪਦੇ ਨੂੰ ਆਪਦੇ ਨਾਲ ਪਿਆਰ ਕਰੋ ਠੀਕ ਹੈ ਇਹ ਸਮਾਜ ਨਾ ਜਾਣਦੇ ਇਹ ਐਸੀ ਮਿੱਟੀ ਦਲਦਲ ਹੈ ਜਿਹੜਾ ਕਿ ਰਾਜਾ ਡੀ ਗੇ ਮੁੜ ਕੇ ਵਾਪਸ ਨਹੀਂ ਨਿਕਲ ਸਕਦਾ ਹੁਣ ਹਰਗੁੰਦ ਦਾ ਹਰਗੁੰਦ ਦਾ ਕੀ ਸਟੈਪ ਹੈ ਅਗਲਾ ਕਿਥੋਂ ਜਿਵੇਂ ਹੁਣ ਤੁਸੀਂ ਦੱਸਿਆ ਵੀ ਗੁਰੂ ਨਾਲ ਲੜਾਈ ਚੱਲੀ ਹੈ ਨਾ ਵੀ ਉਹਨਾਂ ਕੋਲੋਂ ਇਹ ਹੋਇਆ ਹੁਣ ਕੀ ਫੈਸਲਾ ਹੈ ਹਰਗੁੰਦ ਦਾ ਅਜੇ ਕੋਈ ਫੈਸਲਾ ਨਹੀਂ ਫਲਾ ਹਾਲ ਬੈਠੇ ਆ ਅਗੇ ਚਾਹਨੇ ਆ ਵੀ ਜੇ ਗੁਰੂ ਬਲਾ ਲਵੇ ਆਪਣੇ ਘਰੇ ਵਗ ਜੀਏ ਵਾਪਸ ਅੱਜ ਘਰੇ ਬੈਠੇ ਹੋ ਕਿਦਾਂ ਲੱਗਦਾ ਬਹੁਤ ਮੁਸ਼ਕਲ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਘਰੇ ਆਉਣ ਤੋਂ ਬਾਅਦ ਕੀ ਮੁਸ਼ਕਲਾਂ ਦੇਖਣੀਆਂ ਪੈਣੀਆਂ ਘਰੇ ਆਉਣ ਤੋਂ ਪਹਿਲਾਂ ਘਰੇ ਆਣਿਆ ਦੇਖੋ ਜੀ ਪਰਿਵਾਰ ਚ ਥੋੜਾ ਨਫ਼ਰਤ ਕਰਦੇ ਹੈਗੇ ਇਦੋ ਪਰਿਵਾਰ ਹੀ ਨਹੀਂ ਸਮਝਦਾ ਲੋਕ ਕਿਵੇਂ ਸਮਝਣਗੇ ਹਨ ਸਹੀ ਗੱਲ ਹੈ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਘਰ ਦੇਆਂ ਨੂੰ ਸਮਝਾਉਣਾ ਪੈਣਾ ਕਰਦੇ ਹੀ ਨਹੀਂ ਸਮਝਦੇ ਜਦੋਂ ਇਨਸਾਨ ਨੂੰ ਇਨਸਾਨ ਤਾਂ ਫਿਰ ਬਾਹਰਲੇ ਲੋਕ ਕਿਵੇਂ ਸਮਝਣਗੇ ਸਹੀ ਗੱਲ ਹੈ ਵੀਰ ਜੀ ਜੇ ਪਰਿਵਾਰ ਹੀ ਨਹੀਂ ਉਹ ਕਰਦਾ ਹੈਗਾ ਤਾਂ ਪਬਲਿਕ ਤਾਂ ਤੈਨੂੰ ਪਤਾ ਹੀ ਹੈਗਾ ਅਚਲ ਲੋਕਾਂ ਦੀ ਸੋਚ ਨੂੰ ਕਿਵੇਂ ਬਦਲਿਆ ਜਾਵੇ ਜਿਵੇਂ ਤੁਹਾਡੇ ਇੱਕ ਆਈਡੀਆ ਲੈ ਲੈਣੇ ਹਨਾ ਚਲੋ ਆਈਡੀਆ ਨਾਲ ਦੁਨੀਆ ਤਾਂ ਨਹੀਂ ਚੱਲਦੀ ਆਈਡੀਆ ਨਾਲ ਆਪਾਂ ਕੁਝ ਬਦਲ ਵੀ ਨਹੀਂ ਸਕਦੇ ਪਰ ਤੁਹਾਨੂੰ ਤੁਹਾਨੂੰ ਕੋਈ ਆਈਡੀਆ ਤਾਂ ਹੋਊਗਾ ਵੀ ਕਿਵੇਂ ਲੋਕਾਂ ਨੂੰ ਸਮਝਾ ਸਕਦੇ ਆ ਕਿਵੇਂ ਲੋਕਾਂ ਦੀ ਸੋਚ ਬਦਲੀ ਜਾ ਸਕਦੀ ਹੈ ਲੋਕਾਂ ਦੀ ਸੋਚ ਹੈ ਹੀ ਆ ਵੀ ਜੋ ਵੀ ਦੇਖੋ ਪ੍ਰਮਾਤਮਾ ਨੇ ਬਣਾਇਆ ਯਾਨੀ ਮਨਤ ਲਾ ਲੋ ਕੁਛ ਵੀ ਲਾ ਲੋ ਸਾਡੇ ਮੰਗੋ ਜਨਾਨਾ ਹੀ ਲਾ ਲੋ ਜਨਾਨਾ ਲਾ ਲੋ ਜਨਾਨਾ ਲੋਕ ਬਣਾਇਆ ਤਾਂ ਉਹਦੀ ਇੱਜ਼ਤ ਕਰੋ ਉਹਨੂੰ ਵੀ ਜੀਣ ਦਾ ਹੱਕ ਦੋ ਆਪਣੇ ਤੈਹੀ ਕਹਿਣਾ ਸਮਝਦਾ ਵੀ ਉਹਨੂੰ ਹੱਕ ਹੀ ਨਹੀਂ ਦਿੱਤਾ ਜਾਂਦਾ ਹੈਣਾ ਜਿਹੜਾ ਉਹਦਾ ਰਾਈਟ ਹੈ ਹਾਂਜੀ ਹਾਂਜੀ ਕਿਉਂਕਿ ਪਹਿਲਾ ਨੰਬਰ ਤਾਂ ਉਹਨੂੰ ਪਰਿਵਾਰ ਨਹੀਂ ਉਹ ਕਰਦਾ ਹੈਗਾ ਪਰਿਵਾਰ ਉਹ ਤੋਂ ਨਫ਼ਰਤ ਕਰਨ ਲੱਗ ਜਾਂਦਾ ਹੈ ਫਿਰ ਉਸ ਤੋਂ ਬਾਅਦ ਸਮਾਜ ਤਾਂ ਪਹਿਲੇ ਨਫ਼ਰਤ ਕਰਦਾ ਉਸ ਨੂੰ ਕੰਮ ਜਾ ਕੇ ਉਡਾਂਦੇ ਆ ਉਹ ਜਾਵੇ ਕਿੱਥੇ ਹੈਣਾ ਜਾਵੇ ਕਿੱਥੇ ਆ ਅਖੀਰਕਾਰ ਉਹਨੂੰ ਹੀ ਜਿਲਿਆਂ 'ਚ ਜਾਣਾ ਪੈਂਦੇ ਹੀ ਜਿਲਿਆਂ ਦੇ ਵਿੱਚ ਜ਼ਿੰਦਗੀ ਨਰਕ ਹੈਗੀ ਇਹ ਇਹ ਜਿਹੜੀ ਬਨੌਟੀ ਦੁਨੀਆ ਮਤਲਬ ਇਹ ਕਹਿ ਸਕਦੇ ਆ ਵੀ ਬਨੌਟੀ ਦੁਨੀਆ ਫਿਰ ਵੀ ਜਿਹੜਾ ਹੱਸਦੇ ਫਿਰਦੇ ਆ ਚੰਗਾ ਮਤਲਬ ਗੱਡੀਆਂ 'ਚ ਘੁੰਮਣਾ ਉਹ ਕੀ ਹੈ ਫਿਰ ਇਹ ਸਭ ਨਕਲੀ ਦਿਖਾਵਾ ਹੈ ਹੈਂ ਦਿਖਾਵਾ ਹੈ ਜੀ ਬਹੁਤ ਕਿਨਰ ਮੈਂ ਸੋਨ ਪਹਿਲਾਂ ਵੀ ਕਹਿ ਚੁੱਕੀ ਆ ਵੀ ਅੰਦਰੋਂ ਇੰਨਾ ਟੁੱਟਿਆ ਹੋਊਗਾ ਵੀ ਕੋਈ ਵੀ ਕਿਨਰ ਉਹ ਦੁਖੀ ਹੋਊਗਾ ਕਿ ਹਰ ਇੱਕ ਕਿਨਰ ਹਰ ਇੱਕ ਕਿਨਰ ਦੁਖੀ ਹੋਊਗਾ ਕਿਉਂਕਿ ਉਹਨੂੰ ਪਰਿਵਾਰ ਦਾ ਪਿਆਰ ਸਮਾਜ ਦਾ ਪਿਆਰ ਨਹੀਂ ਮਿਲਦਾ ਪੈਸਾ ਕੋਈ ਪੈਸਾ ਮੁੱਖ ਨਹੀਂ ਐਸੇ ਦੁਨੀਆ ਦੇ ਵਿੱਚ ਜਾਂ ਇਸ ਪ੍ਰਸਤੀ ਪਿਆਰ ਸਭ ਤੋਂ ਵੱਡੀ ਚੀਜ਼ ਆ ਉਹ ਪਿਆਰ ਨਹੀਂ ਮਿਲਦਾ ਇਹ ਪੈਸਾ ਜਿੰਨਾ ਮਰਜ਼ੀ ਕਮਾ ਲੈਣ ਕਿਨਰ ਪਰ ਪਿਆਰ ਵੱਲੋਂ ਵਾਂਝੇ ਰਹਿ ਜਾਂਦੇ ਹਾਂਜੀ ਪਿਆਰ ਵੱਲੋਂ ਵਾਂਝੇ ਰਹਿ ਜਾਂਦੇ ਆ ਉਹ ਉਹ ਜਿਹੜਾ ਇੱਕ ਸਟੈਪ ਹੁੰਦਾ ਵੀ ਜਦੋਂ ਮੌਤ ਹੁੰਦੀ ਹੈ ਕਿਨਰ ਦੀ ਉਹ ਹੁੰਦਾ ਉਹ ਕੁੱਟ ਮਾਰਨ ਵਾਲਾ ਕੋਈ ਨਹੀਂ ਜੀ ਨਹੀਂ 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 ਇਹ ਤਾਂ ਬਕਵਾਸ ਬਾਣੀ ਐ ਐਸੀ ਕੋਈ ਵੀ ਗੱਲ-ਵਾਤ ਨਹੀਂ ਐ ਕਿ ਕਿਨਰ ਮਰ ਜਾਵੇ ਉਹਦੇ ਜੁੱਤੀਆਂ ਮਾਰਦੇ ਆਇਆ ਹੋਰ ਨਹੀਂ ਜੀ ਤੁਮਕਾ ਬਹੁਤ ਸੋਹਣਾ ਜਨਾਜ਼ਾ ਨਿਕਲਦਾ ਬਹੁਤ ਵਧੀਆ ਉਹ ਕਰਦੇ ਰੀਤੀ ਰਿਵਾਜ ਕਰਦੇ ਆ ਐਸੀ ਕੋਈ ਗੱਲ ਨਹੀਂ ਹੈਗੀ ਇਹ ਜੀ ਦੁਆ ਤਾਂ ਕੀਤੀ ਜਾਂਦੀ ਹੋਊਗੀ ਵੀ ਇਹ ਮੁੜ ਕੇ ਇਹ ਸਮਾਜ ਚ ਨਾ ਆਵੇ ਇਹ ਤਾਂ ਹੁਣ ਵੀ ਕਹਿੰਨੇ ਆ ਖੁਦ ਅਸੀਂ ਆਪਣੇ ਆਪ ਹੀ ਕਹਿੰਨੇ ਆ ਵੀ ਮਾਲਕਾ ਇਹ ਜੱਜ ਜਰਮਨਾਹ ਹੀ ਦੇਈ ਦੁਬਾਰਾ ਵੀ 트랜스젠ਡਰ ਦੀ ਕੋਈ ਜ਼ਿੰਦਗੀ ਨਹੀਂ ਕੋਈ ਜ਼ਿੰਦਗੀ ਨਹੀਂ ਹੈਗੀ ਅਸੀਂ ਆਪ ਕਹਿੰਦੇ ਆ ਤੇ ਬਹੁਤ ਸਾਰੀ ਵੀਡੀਓਜ਼ ਵਾਇਰਲ ਹੁੰਦੀਆਂ ਕਹਿੰਦੇ ਵੀ 트랜스젠ਡਰ ਖੁਸ਼ ਵੀ ਦੇਖੇ ਜਾਂਦੇ ਆ ਵੀਡੀਓ ਦੇ ਵਿੱਚ ਉਹ ਫਿਰ ਕੀ ਨੇ ਮੈਂ ਤਾਂ ਨਹੀਂ ਮੰਨਦੀ ਇਸ ਦੁਨੀਆ ਦੇ ਵਿੱਚ ਕੋਈ ਹੀ ਜਿਹੜਾ ਖੁਸ਼ੀ ਹੋਊਗਾ ਕੋਈ ਖੁਸ਼ ਨਹੀਂ ਹੈ ਸਭ ਦੁਖੀ ਨੇ ਅੱਜ 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 ਕੀ ਲੱਗਦਾ ਹਰ ਕੋ ਨੂੰ ਜਿਹੜੇ ਉਹ ਫੈਸਲਾ ਲਿਆ ਘਰ ਛੱਡਿਆ ਇੱਕ ਸਮਾਜ ਨੂੰ ਚੁਣਿਆ ਤੇ ਉਸ ਸਮਾਜ ਤੋਂ ਬਾਅਦ ਫਿਰ ਆਪਰੇਸ਼ਨ ਕਰਵਾਇਆ ਫਿਰ ਉਸ ਤੋਂ ਬਾਅਦ ਕੀ ਸੋਚਦੇ ਆ ਅੱਜ ਕੁਝ ਨਹੀਂ ਸੋਚ ਰਿਹਾ ਹੁਣ ਤਾਂ ਬਸ ਪਸਤਾਵਾ ਦੇ ਕਿਉਂ ਇਹ ਕੰਮ ਕੀਤਾ ਵਧੀਆ ਸੀਗੇ ਆਪ ਦਾ ਪ੍ਰੋਗਰਾਮ ਕਰਦੇ ਸੀ ਵਧੀਆ ਰਹਿੰਦੇ ਸੀਗੇ ਅੱਛਾ ਇਸ ਮਾਹੌਲ ਦੇ ਵਿੱਚ ਆ ਕੇ ਥੋੜਾ ਜਿਹਾ ਸਿਸਟਮ ਹੀ ਲੱਗ ਗਿਆ ਹਾਂਜੀ ਜ਼ਿੰਦਗੀ ਬਰਬਾਦ ਹੋ ਗਈ ਹੈਗੀ ਹੱਲਿਆ ਨਹੀਂ ਅੱਬੀ ਜ਼ਿੰਦਗੀ ਬਰਬਾਦ ਹੋ ਗਈ ਸਾਰੀ ਤਾਂ ਦੋਸਤੋ ਤੁਸੀਂ ਵੀ ਸੁਣਿਆ ਜੋ ਹਰਗੁਣ ਨੇ ਆਪਣੀ ਜਵਾਨੀ ਬਿਆਨ ਕੀਤੀ ਹੈ ਉਹ ਅਸਲ ਸਚਾਈ ਇਹ ਅਸਲ ਸਚਾਈ ਸਮਝਣ ਦੇ ਲਈ ਲੋਕਾਂ ਨੂੰ ਬੜਾ ਸਮਾਂ ਲੱਗ ਜਾਣਾ ਤੋ ਸਮਾਜ ਨੂੰ ਪਤਾ ਨਹੀਂ ਕਦੋਂ ਸਮਝ ਆਣਾ ਵੀ ਯਾਰ ਇਨਸਾਨ ਸਭ ਕੁਝ ਛੱਡ ਛੱਡ ਕੇ ਆਪਣਾ ਸਮਾਜ ਚੁਣਦਾ ਜਿਵੇਂ ਇਹਨਾਂ ਨੇ ਇੱਕ ਸਮਾਜ ਚੁਣਿਆ ਉਸ ਨੂੰ ਚੰਗਾ ਸਮਝ ਕੇ ਪਰ ਸਮਾਜ ਦੀਆਂ ਕੋ ਰੀਤੀਆਂ ਨਹੀਂ ਅਜ ਉਸ ਸਮਾਜ ਤੋਂ ਨਫ਼ਰਤ ਕਰਨ ਲੱਤੀ ਤਾਂ ਇਹ ਸਮਾਜ ਨੂੰ ਵੀ ਸਮਝਣਾ ਚਾਹੀਦਾ ਹੈ ਕਿੰਨਰ ਸਮਾਜ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਜੋ ਵਿਅਕਤੀ ਤੁਹਾਡੇ ਲਈ ਆਪਣਾ ਘਰ-ਬਾਰ ਛੱਡ ਕੇ ਆ ਰਿਹਾ ਹੈ ਇੱਕ ਰਸਤਾ ਚੁਣ ਰਿਹਾ ਹੈ ਵੀ ਮੈਂ ਗੁਰੂ ਬਣਾਉਣਾ ਹੈ ਤਾਂ ਉਹ ਗੁਰੂ ਹੀ ਜਦੋਂ ਇਸ ਤਰੀਕੇ ਦੀਆਂ ਮਤਲਬ ਗੱਲਾਂ ਕਰ ਦਿੰਦਾ ਤਾਂ ਨਾਰਾਜ ਤੇ ਨਿਰਾਸ਼ ਹੋ ਕੇ ਬੰਦਾ ਜਾਊਗਾ ਕਿੱਥੇ ਤਾਂ ਇਸੇ ਤਰ੍ਹਾਂ ਹਰਗੋਣ ਨੇ ਸਾਰੀ ਜਿਹੜੀ ਹਕੀਕਤ ਹੈ ਉਹ ਬਿਆਨ ਕੀਤੀ ਆ ਤਾਂ ਦੋਸਤੋ ਸਮਾਜ ਦੀਆਂ ਬੁਰਾਈਆਂ ਨੂੰ ਭੁੱਲ ਜੋ ਜਿਹੜਾ ਤੁਸੀਂ ਸੋਚਦੇ ਹੋ ਉਸ ਨੂੰ ਆਪਣੇ ਉੱਪਰ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਤੁਹਾਡੀ ਸੋਚ ਦੇ ਮਾਲਕ ਤੁਸੀਂ ਹੋ ਅੱਜ ਅਸੀਂ ਜੇ ਕਿਸੇ ਨੂੰ ਮਾੜਾ ਸਮਝਾਂਗੇ ਤਾ ਸਿਰਫ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ ਉਹ ਸੋਚ ਕਦੋਂ ਬਦਲੇਗੀ ਆਉਣ ਵਾਲਾ ਸਮਾਂ ਦੇਖਦੇ ਹਾਂ ਜਿਹੜੇ ਲੋਕ ਇੰਨਾ ਸਟੋਰੀਆਂ ਤੋਂ ਪ੍ਰਭਾਵਿਤ ਹੁੰਦੇ ਉਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਸਮਾਜ ਦੀ ਤੇ ਹਕੀਕਤ ਲੋਕਾਂ ਤੱਕ ਜਾਣੀ ਬੜੀ ਜ਼ਰੂਰੀ ਹੈ ਧੰਨਵਾਦ